स्टूडेंट्स बहुत सारे विद्यार्थी मैनू कह रहे हैं कि मैडम सानू दोहरी गुणा करन लगिया मुश्किल आ रही है। सो अज मैं तुहानू संख्यावां नू दो अंकां नाल गुणा करनी सिखावांगी। जिवें फॉर एग्जाम्पल साडे कोल कोई संख्या है, साडे कोल संख्या 896, ठीक है, इहनू असीं 47 नाल गुणा करनी है। सब तो पहलां की करांगे असीं, जिवें असीं सिंगल गुणा करदे सीगे कि असीं गुणा करन लगे की करदे सीगे, जिहड़ी संख्या इत्थे लिखी है उहदा पहाड़ा पढ़दे सीगे इहनां संख्यावां दा। ਇਹਦੇ ਵਿੱਚ ਵੀ ਇਦਾਂ ਹੀ ਕਰਨਾ ਹੈ। ਸਭ ਤੋਂ ਪਹਿਲਾਂ 7 ਲਿਖਿਆ ਸਾਡੇ ਕੋਲ, 7 ਦਾ ਪਹਾੜਾ ਅਸੀਂ 6 ਤੱਕ ਪੜ੍ਹਨਾ ਹੈ। ਜੇ ਤਾਂ ਪਹਾੜਾ ਆਉਂਦਾ ਹੈ ਸਿੱਧਾ ਠੀਕ ਹੈ, ਵੈਸੇ ਤਾਂ ਤੁਹਾਨੂੰ ਟੋਕਵੇਂ ਪਹਾੜੇ ਸਾਰੇ ਬੱਚਿਆਂ ਨੂੰ ਆਉਂਦੇ ਆ, ਪਰ ਫਿਰ ਵੀ ਜੇ ਤੁਹਾਨੂੰ ਟੋਕਵੇਂ ਪਹਾੜੇ ਕਰਨ ਵਿੱਚ ਥੋੜ੍ਹੀ ਮੁਸ਼ਕਲ ਆਉਂਦੀ ਹੈ ਤਾਂ ਤੁਸੀਂ ਪੂਰਾ ਪਹਾੜਾ ਵੀ ਇੱਥੇ ਲਿਖ ਸਕਦੇ ਹੋ। ਜਿਵੇਂ 7 ਦਾ ਪੂਰਾ ਪਹਾੜਾ ਲਿਖ ਸਕਦੇ ਹੋ ਤੁਸੀਂ, 0 ਤੋਂ ਸ਼ੁਰੂ ਕਰਨਾ ਹੈ। 7 × 7 14, 7 × 3 21, 7 × 28, 7 × 5 35, 7 × 6 42, 7 × 7 49, 7 × 8 56, 7 × 9 63, 7 × 10 70, ठीक है। पहाड़ा लिख लो, वैसे तुहानू टोकवे पाने आने चाहिए, सब ने याद करने हैं। सब तो पहले 7 का पहाड़ा असीं 6 तक पढ़ना है, 7 का पहाड़ा 6 तक पढ़ना है। 1 2 3 4 5 6 तक कितना आ गया, 42। 42 विचों 2 इत्थे लगा, 4 इत्थे आ गया हांसल साडे कोल, ठीक है। हुण 7 का पहाड़ा 9 तक पढ़ना है, 7 × 9 63, साडे कोल आ गया 63। 63 ਦੇ ਵਿੱਚ ਆ ਜਿਹੜਾ ਹਾਸਲ ਆਇਆ ਇਹ ਜੋੜ ਦੇਣਾ ਹੈ, ਰਫ 'ਚ ਇਹ ਸਾਰਾ ਕੰਮ ਕਰਨਾ ਤੁਸੀਂ, ਠੀਕ ਹੈ। 63 'ਚ ਇਹ ਹਾਸਲ ਜੋੜ ਦੇਣਾ, 4 × 3 7, ਅਤੇ ਇਹ ਬਣ ਗਿਆ ਸਾਡੇ ਕੋਲ 67। 67 ਦੇ ਵਿੱਚੋਂ ਜਿਹੜਾ ਇਹ 7 ਹੈ ਉਹ ਇੱਥੇ ਲੱਗ ਜਾਣਾ, ਅਤੇ ਇਹ ਜਿਹੜਾ 6 ਹੈ ਇਹ ਹਾਸਲ ਆ ਜਾਏਗਾ ਇੱਥੇ, ਠੀਕ ਹੈ। ਹੁਣ 7 ਦਾ ਪਹਾੜਾ ਅਸੀਂ ਪੜ੍ਹਨਾ ਹੈ 8 ਤੱਕ, 7 × 8 56, 7 × 8 56, 56 ਦੇ ਵਿੱਚ ਕਿੰਨੇ ਹਾਸਲ ਜੋੜਨੇ ਆ, 6। ਇਹਨੂੰ ਇੱਧਰ ਜੋੜ ਲੈਂਦੇ ਹਾਂ, 6 × 6 12, ਦੇਖੋ ਇੱਥੇ ਸਾਈਡ 'ਤੇ ਲੱਗ ਗਿਆ 12 ਦਾ ਲੱਗ ਗਿਆ 2, ਹਾਂਸਲ 1, 5 × 1 6, ਇੱਕ ਨਾ ਆ ਗਿਆ 62। ਐਂਡ 'ਤੇ ਪੂਰਾ ਪੂਰਾ ਹੀ 62 ਇੱਥੇ ਲਗਾ ਦੇਣਾ, ਠੀਕ ਹੈ। 7 ਦਾ ਪਤਾ ਲੱਗ ਗਿਆ ਕਿਵੇਂ ਗੁਣਾ ਕਰਨੀ ਆ। ਪਹਿਲਾਂ 7 ਦਾ ਪਹਾੜਾ ਅਸੀਂ 6 ਤੱਕ ਪੜ੍ਹਿਆ, 7 × 6 42 ਆਇਆ ਸੀ, 42 ਦਾ 2 ਲੱਗਾ, 4 ਹਾਂਸਲ ਆ ਗਿਆ। ਫਿਰ 7 ਦਾ ਪਹਾੜਾ ਅਸੀਂ 9 ਤੱਕ ਪੜ੍ਹਿਆ, 7 × 9 63, 63 ਦੇ ਵਿੱਚ ਇਹ ਵਾਲੇ 4 ਹਾਂਸਲ ਜੋੜ ਲਏ 67 ਬਣ ਗਏ, 67 ਦਾ 7 ਜਿਹੜਾ ਉਹ ਇੱਥੇ ਲੱਗ ਗਿਆ, ਅਤੇ 6 ਸਾਡੇ ਕੋਲ ਫਿਰ ਹਾਂਸਲ ਆ ਗਏ। ਫਿਰ ਅਸੀਂ 7 ਦਾ ਪਹਾੜਾ ਪੜ੍ਹਿਆ 8 ਤੱਕ, 7 × 8 56, 56 ਦੇ ਵਿੱਚ ਇਹ ਵਾਲੇ ਜੇ 6 ਹਾਂਸਲ ਸੀ ਉਹ ਜੋੜ ਦਿੱਤੇ ਅਤੇ ਬਣ ਗਿਆ 62, ਪੂਰਾ ਪੂਰਾ 62 ਲੱਗ ਗਿਆ, ਠੀਕ ਹੈ। ਹੁਣ ਜਦੋਂ ਅਸੀਂ ਦੋਹਰੀ ਗੁਣਾ ਕਰਨੀ ਹੈ, 7 ਨਾਲ ਅਸੀਂ ਗੁਣਾ ਕਰ ਲਈ, 7 ਨੂੰ ਅਸੀਂ ਹੁਣ ਭੁੱਲ ਜਾਣਾ, ਹੁਣ ਸਿਰਫ ਸਾਡੇ ਕੋਲ 4 ਹੈ, ਠੀਕ ਹੈ। 4 ਨਾਲ ਵੀ ਉਸੇ ਤਰੀਕੇ ਨਾਲ ਇਹਨਾਂ 3 ਅੰਕਾਂ ਨਾਲ ਗੁਣਾ ਕਰਨੀ ਜਿਵੇਂ ਅਸੀਂ 7 ਨਾਲ ਕੀਤੀ ਸੀਗੀ। ਪਰ ਸਭ ਤੋਂ ਪਹਿਲਾਂ ਇਸ ਲਾਈਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਥੇ ਅਸੀਂ ਇੱਕ ਕ੍ਰੋਸ ਦਾ ਨਿਸ਼ਾਨ ਲਗਾ ਲੈਣਾ ਹੈ, ਠੀਕ ਹੈ। ਕ੍ਰੋਸ ਦਾ ਨਿਸ਼ਾਨ ਲਗਾ ਕੇ ਹੁਣ ਅਸੀਂ 4 ਦਾ ਪਹਾੜਾ ਪੜ੍ਹਨਾ ਹੈ 6 ਤੱਕ। 4 × 6 ਆਉਂਦਾ ਸਾਡੇ ਕੋਲ 24, 24 ਦਾ 4 ਜਿਹੜਾ ਹੈ ਉਹ ਇੱਥੇ ਲੱਗ ਜਾਏਗਾ, ਅਤੇ ਇਹ ਜਿਹੜਾ 2 ਹੈ ਇਹਦੇ ਉੱਤੇ ਹਾਸਲ ਆ ਜਾਏਗਾ, ਠੀਕ ਹੈ, ਇਹਦੇ ਉੱਤੇ ਹਾਸਲ ਆ ਜਾਏਗਾ। ਹੁਣ 4 ਦਾ ਪਹਾੜਾ ਅਸੀਂ 6 ਤੱਕ ਪੜ੍ਹਿਆ, 4 × 6 = 24, 24 ਦਾ 4 ਲੱਗ ਗਿਆ, 2 ਹਾਸਲ ਆ ਗਏ। 4 ਦਾ ਪਹਾੜਾ ਹੁਣ 9 ਤੱਕ ਪੜ੍ਹਨਾ, 4 × 9 36, 4 × 9 36, 36 ਦੇ ਵਿੱਚ ਇਹ ਵਾਲੇ ਹਾਸਲ ਜੋੜਨੇ ਆ, ਇਹ ਵਾਲੇ ਜੋੜ ਦੇਣੇ ਆ, 36 × 2 6 × 2 8 3, ਕਿੰਨੇ ਬਣ ਗਏ 38। ਹੁਣ 38 ਦਾ ਜਿਹੜਾ 8 ਆ ਉਹ ਇੱਥੇ ਲੱਗ ਗਿਆ, ਅਤੇ ਜਿਹੜਾ 3 ਹੈ ਉਹ ਹਾਸਲ ਆ ਗਿਆ ਸਾਡੇ ਕੋਲ ਉੱਪਰ, ਠੀਕ ਹੈ। ਹੁਣ 4 ਦਾ ਪਹਾੜਾ ਸੀ 8 ਤੱਕ ਪੜ੍ਹਨਾ, 4 ਦਾ ਪਹਾੜਾ 8 ਤੱਕ ਪੜ੍ਹਿਆ, 4 × 8 32, 32 ਆ ਗਿਆ। 32 ਦੇ ਵਿੱਚ ਫਿਰ ਇਹ ਵਾਲਾ ਹਾਸਲ ਜਿਹੜਾ ਸਾਡੇ ਕੋਲ ਆਇਆ ਸੀਗਾ ਇਹ ਹਾਸਲ ਜੋੜ ਦੇਣੇ, ਹਰ ਵਾਰੀ ਹਾਸ ਪਹਾੜਾ ਪਹਾੜਾ ਪੜ੍ਹ ਕੇ ਅਤੇ ਜਿਹੜੇ ਸਾਡੇ ਕੋਲ ਹਾਸਲ ਆਏ ਹੋਣਗੇ ਉਹ ਪਹਿਲਾਂ ਸੰਖਿਆ ਦੇ ਵਿੱਚ ਜੋੜਨੇ ਆ, ਠੀਕ ਹੈ। ਇਹਦੇ ਵਿੱਚ ਜੋੜਿਆ 3 × 2 5, ਇਹ ਆ ਗਿਆ ਸਾਡੇ ਕੋਲ 3, ਇਹ ਆ ਗਿਆ ਪੂਰੀ ਸੰਖਿਆ 35, ਅਤੇ ਐਂਡ ਦੇ ਵਿੱਚ 35 ਪੂਰਾ ਪੂਰਾ ਲਗਾ ਦਿੱਤਾ। ਅੱਛਾ, ਲਾਈਨ ਲਿਖਣ ਲੱਗਿਆਂ ਇੱਕ ਚੀਜ਼ ਜ਼ਰੂਰ ਯਾਦ ਰੱਖਣੀ ਹੈ ਕਿ ਹਮੇਸ਼ਾ ਅੰਕ ਦੇ ਨੀਚੇ ਅੰਕ ਲਗਾਉਣਾ, ਇੱਧਰ ਉੱਧਰ ਨਹੀਂ ਲਗਾ ਲੈਣਾ, ਅੰਕ ਦੇ ਨੀਚੇ ਬਿਲਕੁਲ ਅੰਕ ਲਗਾਉਣਾ ਹੈ, ਕਿਉਂਕਿ ਐਂਡ 'ਤੇ ਅਸੀਂ ਇਹਨਾਂ ਨੂੰ ਜੋੜਨਾ ਹੁੰਦਾ, ਅਤੇ ਜੋੜਨ ਲੱਗੇ ਅੰਕ ਦੇ ਨੀਚੇ ਅੰਕ ਹੋਏਗਾ ਫਿਰ ਅਸੀਂ ਆਸਾਨੀ ਨਾਲ ਜੋੜ ਪਾਵਾਂਗੇ, ਠੀਕ ਹੈ। ਹੁਣ ਅਸੀਂ ਇਹਨਾਂ ਦੋਨਾਂ ਸੰਖਿਆਵਾਂ ਨੂੰ ਜੋੜਨਾ ਹੈ। ਪਹਿਲੀ ਸੰਖਿਆ ਉੱਦਾਂ ਹੀ ਆ ਜਾਏਗੀ ਕਿਉਂਕਿ ਕ੍ਰੋਸ ਦਾ ਮਤਲਬ 0 ਹੀ ਹੈ, ਮਤਲਬ ਕੁਛ ਨਹੀਂ ਹੈ। 7 × 4 11, 11 ਦਾ 1 ਲੱਗ ਗਿਆ ਅਤੇ 1 ਇੱਥੇ ਹਾਸਲ ਆ ਗਿਆ ਸਾਡੇ ਕੋਲ, ਠੀਕ ਹੈ। ਹੁਣ ਇਹਨਾਂ ਨੂੰ ਜੋੜਨਾ ਹੈ, 2 × 1 3, 3 × 8 11, ਫਿਰ 11 ਦਾ 1 ਲੱਗ ਗਿਆ ਅਤੇ 1 ਸਾਡੇ ਕੋਲ ਇੱਥੇ ਹਾਸਲ ਆ ਗਿਆ,
हूँ इन्हों जोड़ना छे सत्त सत्त पाँच बारह बारह का लग गया दो ते एक साढ़े को इतने हंस लग गया तीन तो एक चार ये संख्या साढ़े को उत्तर आ गई। हमेशा दो तीन चीज़ा जड़िया गुणा के याद करने वाली हैं फिर दोबारा सुन लो जदों भी दोहरी गुणा करनी या दो अंकों नाल गुणा करनी है जे तो संख्या वड्डी है तो बेशक पहाड़ा लिख लो नहीं तो टोकवें पहाड़े जिदा अं याद करते उस तरह पढ़ने हैं। पहली संख्या का पहाड़ा इन्ह अंकों तक पढ़ना है तो हांसल उपर लिख के अगले विच हांसल जोड़ी जाने हैं संख्या लिख के फिर असी उन्हूं छड़ देना है मतलब वह हुण खत्म हो गया वह पहाड़ा पढ़ लिया अगली संख्या का पहाड़ा उस तरह पढ़ना है। पहली लाइन में पहला जड़ा अंक है वह क्रॉस का लगाना है क्रॉस लगानी है इतने उस तो बाद अगला पहाड़ा तिना अंकों तक पढ़ के फिर असी इनू जोड़ना है और हांसल में हमेशा सर्कल में रखना तुसी ठीक है ताकि पता लगे कि यह हांसल की संख्या है। ओके स्टूडेंट्स सारे समझ आ गई गुणा दी ठीक है शाबाश।